ਬਾਬਾ ਜੀ ਦੀ ਪਿਆਰੀ ਸਤਿਕਾਰਯੋਗ ਸੰਗਤ ਜੀ, ਰਾਧਾ ਸੁਆਮੀ। ਬਾਬਾ ਜੀ ਦੇ ਸਤਸੰਗ ਦਾ ਇੱਕ ਬਹੁਤ ਹੀ ਅੱਛਾ ਪੁਆਇੰਟ। ਬਾਬਾ ਜੀ ਨੇ ਸ਼ਬਦ ਦੀ ਜੋ ਸ਼ੁਰੂਆਤ ਕੀਤੀ, ਜਗ ਮੇ ਘੋਰ ਅੰਧੇਰਾ ਭਾਈ, ਕਿ ਹਰ ਤਰਫ ਅੰਧੇਰਾ ਹੀ ਅੰਧੇਰਾ ਹੈ। ਬਾਬਾ ਜੀ ਨੇ ਅੱਜ ਬੜੇ ਪਿਆਰ ਨਾਲ ਸਮਝਾਇਆ ਕਿ ਦੋਨੋਂ ਅੱਖਾਂ ਨੂੰ ਬੰਦ ਕਰਕੇ ਆਪਣੀ ਤੀਸਰੀ ਅੱਖ ਨੂੰ ਖੋਲੋ। ਜਦੋਂ ਤੱਕ ਇਹ ਥਰਡ ਆਈ ਓਪਨ ਨਹੀਂ ਹੁੰਦੀ, ਤਦ ਤੱਕ ਨਾ ਹੀ ਸ਼ਬਦ ਧੁਨ ਸੁਣਾਈ ਦੇਣੀ ਹੈ ਔਰ ਨਾ ਹੀ ਅੰਦਰ ਪ੍ਰਕਾਸ਼ ਦਿਖਾਈ ਦੇਣਾ ਹੈ। ਪਰਮਾਤਮਾ ਜਦੋਂ ਵੀ ਮਿਲੇਗਾ ਤੁਹਾਨੂੰ ਆਪਣੇ ਸਰੀਰ ਦੇ ਅੰਦਰ ਮਿਲੇਗਾ, ਬਾਹਰ ਭੂਲ ਭੁਲੱਈਆ, ਕਿ ਬਾਹਰ ਸਭ ਕੁਛ ਭੂਲ ਭੁਲੱਈਆ ਹੈ। ਇਸ ਕਰਕੇ ਬਾਬਾ ਜੀ ਨੇ ਕਿਹਾ ਕਿ ਦੋਨਾਂ ਅੱਖਾਂ ਨੂੰ ਬੰਦ ਕਰਕੇ ਭਜਨ ਸਿਮਰਨ ਕਰਦੇ ਹੋਏ ਤ੍ਰਿਕੁਟੀ ਦੇ ਵਿੱਚ ਆਪਣੀ ਤੀਸਰੀ ਅੱਖ ਨੂੰ ਖੋਲੋ, ਅਤੇ ਤਾਂ ਹੀ ਸ਼ਬਦ ਧੁਨ ਸੁਣਾਈ ਦੇਗੀ, ਤਾਂ ਹੀ ਪ੍ਰਕਾਸ਼ ਦਿਖਾਈ ਦੇਗਾ, ਤਾਂ ਹੀ ਸਤਿਗੁਰੂ ਦੇ ਨਾਲ ਮਿਲਾਪ ਹੋਏਗਾ, ਤਾਂ ਹੀ ਪਰਮਾਤਮਾ ਦੇ ਨਾਲ ਮਿਲਾਪ ਹੋਏਗਾ। ਜਦੋਂ ਵੀ ਪਰਮਾਤਮਾ ਮਿਲੇਗਾ ਅੰਦਰ ਹੀ ਮਿਲੇਗਾ। ਬਾਬਾ ਜੀ ਦੀ ਪਿਆਰੀ ਸਤਿਕਾਰਯੋਗ ਸੰਗਤ ਜੀ, ਇਸ ਸੰਦੇਸ਼ ਨੂੰ ਜ਼ਿਆਦਾ ਤੋਂ ਜ਼ਿਆਦਾ ਸੰਗਤ ਤੱਕ ਸ਼ੇਅਰ ਕਰਨਾ ਹੈ, ਆਪਣੀ ਡਿਜੀਟਲ ਸੇਵਾ ਨੂੰ ਪੂਰਾ ਕਰਨਾ ਹੈ। ਬਾਬਾ ਜੀ ਦੀ ਪਿਆਰੀ ਸਤਿਕਾਰਯੋਗ ਸੰਗਤ ਜੀ, ਰਾਧਾ ਸੁਆਮੀ।